ਅਸੀਂ ਜੀ ਮਾਨਯੋਗ DGP ਸਾਹਿਬ ਪੰਜਾਬ ਅਤੇ DIG ਸਾਹਿਬ ਪਟਿਆਲਾ ਰੇਂਜ, SSP ਸਾਹਿਬ ਪਟਿਆਲਾ, ਅਤੇ ਸਾਡੇ SP ਇਨਵੈਸਟੀਗੇਸ਼ਨ ਅਤੇ SP PBI ਯੋਗੇਸ਼ ਸਰ ਅਤੇ ਜਸਦੀਪ ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਸਾਡੇ ਕੋਲ ਕੰਪਲੇਂਟ ਆਈ ਸੀਗੀ, ਜਿਸ 'ਚ ਸਾਨੂੰ ਪਤਾ ਲੱਗਿਆ ਸੀਗਾ ਕਿ ਮਨੀਸ਼ ਕੁਮਾਰ ਨਾਮ ਦਾ ਵਿਅਕਤੀ, ਜਿਹਦਾ ਛੋਟਾ ਨਾਮ ਮਾਨੀ ਹੈ, ਉਹ ਮਿਸਿੰਗ ਸੀਗਾ 3 ਤਰੀਕ ਦੀ ਰਾਤ ਤੋਂ, 3 ਅਪ੍ਰੈਲ ਦੀ ਰਾਤ ਤੋਂ। ਅਤੇ ਇਸ 'ਚ ਅਸੀਂ 346 ਦਾ ਪਰਚਾ ਦਿੱਤਾ ਸੀਗਾ ਇਨੀਸ਼ੀਅਲੀ, ਅਤੇ ਇਹਦੀ ਉਮਰ ਸੀਗੀ 25 ਸਾਲ, ਜਿਸ 'ਚ ਅਸੀਂ ਇਹਦੀ ਟੈਕਨੀਕਲ ਇੰਟੈਲੀਜੈਂਸ ਰਾਹੀਂ ਇਹਨੂੰ ਟਰੇਸ ਕੀਤਾ, ਇਹਦੇ ਕਿਹਦੇ ਨਾਲ ਗੱਲਬਾਤ ਹੋ ਰਹੀ ਸੀਗੀ ਸਾਰਾ ਅਸੀਂ ਦੇਖਿਆ। ਅਤੇ ਉਹਦੇ ਬੇਸਿਸ 'ਤੇ ਤਫਤੀਸ਼ ਦੌਰਾਨ ਸਾਨੂੰ ਪਤਾ ਲੱਗਿਆ ਕਿ ਇਹਦੀ ਜਿਹੜਾ ਹੈਗਾ ਇਹਦਾ ਮਰਡਰ ਹੋ ਚੁੱਕਿਆ, ਅਤੇ ਜਿਸ 'ਚ ਅਸੀਂ ਫਿਰ ਹੁਣ ਸਪਟੈਂਬਰ ਦੇ ਮਹੀਨੇ 'ਚ ਅਸੀਂ ਵਾਅਦਾ ਝੂਠ ਕੀਤਾ ਜਦੋਂ ਸਾਨੂੰ ਪਤਾ ਲੱਗਿਆ, ਅਤੇ ਇਸ 'ਚ ਅਸੀਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦੇ ਨਾਮ ਹੈਗੇ ਨੇ ਸਤਨਾਮ ਸਿੰਘ ਉਰਫ ਪ੍ਰਿੰਸ, ਵੜੈਚਾਪੱਤੀ ਦਾ ਰਹਿਣ ਵਾਲਾ ਹੈਗਾ, ਜਗਜੀਤ ਸਿੰਘ ਹੈਗਾ ਛੋਟੀ ਮਾਜਰੀ ਦਾ, ਅਤੇ ਅੰਮ੍ਰਿਤਪਾਲ ਸਿੰਘ ਇਹ ਹੈਗਾ ਘੜਾਮਾਪੱਤੀ ਦਾ। ਇਹਨਾਂ ਦੀ ਉਮਰ ਹੈਗੀ ਹੈ 20 ਸਾਲ ਤੋਂ ਲੈ ਕੇ 25 ਸਾਲ ਤੱਕ ਦੀ। ਅਤੇ ਇਹਨਾਂ ਦਾ ਜਿਹੜਾ ਆਪਸ 'ਚ ਰੰਜਿਸ਼ ਸੀਗੀ ਉਹ ਇਹ ਸੀਗੀ ਕਿ ਜਿਹੜਾ ਮਾਹੀ ਸੀਗਾ ਉਹਨਾਂ ਨੇ ਇਹਨਾਂ ਦੇ ਪੈਸੇ ਉਧਾਰ ਦਿੱਤੇ ਸੀਗੇ, ਜਿਹੜੇ ਉਹ ਮੋੜ ਨਹੀਂ ਰਿਹਾ ਸੀਗਾ, ਜਿਸ 'ਚ ਇਹ ਮੰਗਣ ਗਏ ਸੀਗੇ ਉਹ ਤੋਂ ਪੈਸੇ, ਤਾਂ ਇਹਨਾਂ ਨੇ ਜਦੋਂ ਉਹਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਅਤੇ ਇਹਨਾਂ ਨੇ ਉਹਨੂੰ ਨਹਿਰ 'ਚ ਸਿੱਟਤਾ ਸੀਗਾ ਭਾਗਾਂ 'ਚ। ਬਾਕੀ ਤਫਤੀਸ਼ ਸਾਡੀ ਜਾਰੀ ਹੈ। ਜਿਸ 'ਚ ਸਵਰਨ ਸਿੰਘ ਪੁੱਤਰ ਗੁਰਮੁਖ ਸਿੰਘ ਸੀਗੇ, 68 ਸਾਲ ਇਹਨਾਂ ਦੀ ਉਮਰ ਸੀਗੀ। ਇਹਨਾਂ ਦਾ ਇਹਨਾਂ ਸਾਨੂੰ ਰੁਕਾ ਮਿਲਿਆ ਸੀਗਾ ਕਿ ਇਹਨਾਂ ਦੀ ਡੈਥ ਹੋ ਗਈ ਹੈ ਰਜਿੰਦਰਾ ਹਸਪਤਾਲ, ਜਿਸ 'ਤੇ ਫਿਰ ਅਸੀਂ ਇਹਨਾਂ ਦੇ ਬੇਟੇ ਦੇ ਬਿਆਨ 'ਤੇ ਮਰਡਰ ਦਾ ਪਰਚਾ ਦਿੱਤਾ ਸੀਗਾ। ਅਤੇ ਇਹ ਬਰਖਿਲਾਫ ਹੋਇਆ ਮੁਖਵੀਰ ਸਿੰਘ ਅਤੇ ਕੁਲਦੀਪ ਸਿੰਘ, ਇਹ ਪਿਓ ਪੁੱਤ ਨੇ। ਇੱਕ ਦੀ ਉਮਰ ਹੈਗੀ ਹੈ 65 ਸਾਲ, ਬੇਟੇ ਦੀ ਹੈਗੀ ਹੈ 25 ਸਾਲ। ਐਡਰੈਸ ਕੀ ਹੈ ਜੀ ਇਹਨਾਂ ਦਾ? ਦੇਵੀ ਨਗਰ ਦੇ ਹੀ ਨੇ ਇਹਨਾਂ ਦਾ। ਐਕਚੁਅਲੀ ਪੰਚਾਇਤੀ ਥਾਂ ਨੂੰ ਲੈ ਕੇ ਪਿੰਡ 'ਚ ਰੌਲਾ ਸੀਗਾ, ਉਸ 'ਤੇ ਬਸ ਗਾਲੀ ਗਲੋਚ ਹੋਈ ਮੌਕੇ 'ਤੇ, ਅਤੇ ਡੰਡਾ ਮਾਰ ਕੇ ਫਿਰ ਇਹ ਭੱਜ ਗਏ ਸੀਗੇ ਮੌਕੇ ਤੋਂ। ਅਤੇ ਸਾਡੀ ਪਸਿਆਣਾ ਅਤੇ ਇਹਨਾਂ ਦੀ ਸੁਪਰਵਿਜ਼ਨ ਹੇਂਟ ਡਕਾਲਾ ਇੰਚਾਰਜ ਨੇ ਇਹਨਾਂ ਦੋਨਾਂ ਨੂੰ ਰਾਊਂਡਅਪ ਕੀਤਾ, ਫੜਿਆ ਅਤੇ ਇਹਨਾਂ ਦੀ ਫਿਰ ਅਰੈਸਟ ਪਾ ਗਏ ਸੀ। ਹੋਰ ਮੁਲਜ਼ਮ ਇੱਥੇ ਹੈ? ਦੋ ਹੀ ਮੁਲਜ਼ਮ ਸੀਗੇ ਜੀ, ਦੋਨੋਂ ਅਰੈਸਟ ਨੇ। ਹਾਂਜੀ, ਇਹ ਲੋਕੇਸ਼ਨ ਜਿਹੜੀ ਹੈਗੀ ਹੈ ਆਪਣਾ ਜਿਹੜੇ ਅਗਰਵਾਲ ਗਊਸ਼ਾਲਾ ਹੈਗੀ ਹੈ ਉਹਦੇ ਨੇੜੇ ਹੈਗੀ। ਮੈਮ ਕਿੰਨੇ ਪੈਸੇ ਨੇ ਇਹਨਾਂ ਦਾ ਆਪਸ 'ਚ ਡਿਸਪਿਊਟ ਸੀਗਾ? ਕਿੰਨੇ ਪੈਸੇ ਦਾ ਡਿਸਪਿਊਟ? ਥੋੜਾ ਜਿਹਾ ਹੀ ਸੀਗਾ ਜੀ, 2000 ਰੁਪਏ ਦਾ, ਜ਼ਿਆਦਾ ਨਹੀਂ। 2000 ਰੁਪਏ ਲੈਣੇ ਥੇ ਇਹਨਾਂ ਨੇ ਉਸ ਤੋਂ? ਹਾਂਜੀ। ਉਹ ਬੰਦਾ ਸਮਾਣੇ ਦਾ ਸੀ ਮੁੰਡਾ, ਉਹ ਵੀ ਜਿਹੜਾ ਮਰਨ ਵਾਲਾ? ਹਾਂਜੀ ਹਾਂਜੀ। ਮਨੀਸ਼ ਕੁਮਾਰ ਸਾਹਿਬ ਨੂੰ? ਮਨੀਸ਼ ਕੁਮਾਰ ਇਹਦੇ ਸਨ ਆਫ ਅਸ਼ੋਕ ਕੁਮਾਰ। ਹੋਰ ਕੇਸ ਕਿਹੜਾ ਮੈਡਮ? ਵਾਸੀ ਕਿੱਥੇ ਦੇ? ਵਾਸੀ ਹੈਗਾ ਇਹਦੇ ਨਾ ਹੋਵੋ ਪਰੇਸ਼ਾਨ, ਸਾਰੇ ਇਲਮਾਂ ਦੀ ਕਾਟ ਮੇਰੇ ਕੋਲ। ਬੇਗਮ ਸ਼ਹਿਨਾਜ਼ ਜੀ, 25 ਸਾਲ ਦਾ ਤਜੁਰਬਾ, 9 ਇਲਮਾਂ ਦੀ ਤਾਕਤ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ। ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਪਤੀ ਪਤਨੀ 'ਚ ਅਣਬਣ ਜਾਂ ਘਰੇਲੂ ਕਲੇਸ਼, ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ, ਗ੍ਰੀਨ ਕਾਰਡ ਅਤੇ PR ਵਿੱਚ ਰੁਕਾਵਟ, ਵਸ਼ੀਕਰਨ, ਜਾਦੂ ਟੂਣਾ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ, ਲਾਟਰੀ ਚਾਹੇ ਕੋਈ ਵੀ ਹੋਵੇ, ਜ਼ਰੂਰ ਨਿਕਲੇਗੀ। ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ, ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ। ਬੇਗਮ ਸ਼ਹਿਨਾਜ਼ ਜੀ, ਸੰਪਰਕ ਕਰੋ 8725 4658, 8725 4658, 8725 4658।